बिस्मिल्लाहिर्रहमानिर्रहीम, अस्सलाम वालेकुम। अल्लाह मेरे बहन में खुश रखे, बात रखिए, ऐसे दुआएं करते हैं, विश्व रिपेयर रिक्वेस्ट करते हैं। मनीरा आप चैनल सब्सक्राइब किया, सब्सक्राइब कर लो, बेल द बटन लाजम प्रेस करो ताकि सारी आने वाली हर वीडियो टाइम से तक पहुँच सके। अच्छा जी, अज का व्लॉग कुछ इस तरह का, क्योंकि अबू हुणी साढ़े को आए हुए इतने तो बाहर बैठे हैं, सारे जने चाय चू पी के हटे हैं, और शोर पापा हुणी भी बैठे हुए हैं। अस्सलाम वालेकुम जी, बाहर पानी पूनी छिड़का के हटे अगे ਅਤੇ ਮਿੱਟੀ ਮਿੱਟੀ ਪੱਧਰੀ ਕੀਤੀ ਆ, ਅਤੇ ਹੁਣ ਬੈਠੇ ਸੀ, ਬੱਚੇ ਉੱਧਰ ਗਏ ਆ ਆਪਣੇ ਕੁੱਖੋ ਘਰ, ਅਤੇ ਮੈਂ ਕੰਮ ਕਰਕੇ ਔਰ ਚਾਏ ਬਣਾ ਕੇ ਪਿਲਾ ਕੇ ਹਟੀ ਹਾਂ, ਅਤੇ ਹੁਣ ਇਹਨਾਂ ਨੂੰ ਕਹਿਣ ਦੀ ਆ ਰੋਟੀ ਖਾ ਲਓ, ਅਤੇ ਕਹਿੰਦੇ ਅੱਛਾ ਖਾਣਾ ਰੋਟੀ, ਅਤੇ ਮੈਂ ਚੁੱਪ ਕੇ ਹਟੀ ਹਾਂ ਜੀ ਗੰਨਾ। ਆਹ ਦੇਖੋ ਇੱਕ ਕਟੋਰੀ ਰਹਿ ਗਈ ਹੈ, ਅਤੇ ਇਹ ਵੀ ਲੱਗੀ ਸੀ ਚੁੱਪਣ, ਛੇਬੀ ਕੋ ਖੋਇਆ ਵਾ, ਅਤੇ ਛੇਬੀ ਦਾ ਮੂੰਹ ਦੇਖੋ ਛੇਬੀ ਆ ਜਾ ਯਾਰ, ਮੇਰੇ ਪੈਰਾਂ ਦਾ ਹੁਣ ਤਾਂ ਮੂੰਹ ਵੀ ਲਗਾਉਂਦਾ ਸਰੀਰ ਦੇ, ਅੱਧਾ ਗੰਨਾ ਦਿੱਤਾ, ਜ਼ਿਆਦਤੀ ਕੀਤੀ ਨਾ ਤੁਹਾਡੇ ਵਿਚਾਰੇ ਨਾਲ। ਇਹ ਗੰਨੇ ਭੇਜੇ ਸੀ ਇਹਨਾਂ ਦੇ ਮਾਮੂ ਨੇ, ਮੇਰੇ ਮਾਮੂ ਨੇ, ਤੇ ਇਹ ਲੈ ਕੇ ਜਾਣਾ ਸੀ ਉੱਥੇ, ਤੇ ਵਿੱਚੋਂ ਦਾਜ ਲੱਗ ਗਿਆ ਇਹਨਾਂ ਦਾ। ਇਹ ਦੇਖੋ ਮੇਰੇ ਪੈਰ ਵਿੱਚੋਂ ਕਿਹੜਾ ਸਾੜੀ ਲਏ, ਥੱਲੇ ਢੇਰੀ ਲਾਈ ਜਾਂਦੀ, ਇੱਕ ਲਿਆ ਨਾਨੇ ਨੇ ਦਿੱਤਾ, ਆਉਂਦੇ ਨੇ ਨਾਨੇ ਨੇ ਦਿੱਤਾ, ਤੇ ਨਾਨਾ ਆਪਣੇ ਕੋਲ ਪੂਰਾ ਕਰਕੇ ਦਊਗਾ। ਆ ਦੇਖ ਨਾਨਾ ਬੈਠੋ, ਭਾਈ ਬੱਚਾ ਵਾ, ਬੱਚਿਆਂ ਦੇ ਨਾਲ ਪਿਆਰ ਕਰਨਾ ਚਾਹੀਦਾ ਵਾ, ਜਿੱਥੇ ਬੱਚਾ ਬੋਲੇ ਰੋਵੇ ਉਹਨੂੰ ਵਰਾਓ, ਇਹ ਨਹੀਂ ਵੀ ਘੁੱਟ ਜਾਓ ਆਪਣੇ ਆਪ ਨੂੰ, ਨਾ ਨਾ ਨਾ, ਬੱਚਿਆਂ ਦਾ ਕੰਮ ਆ, ਬੱਚਿਆਂ ਵਾਸਤੇ ਸਾਰਾ ਕੁਝ ਕਰਦੇ ਫਿਰਦੇ ਆ। ਬਿਲਕੁਲ ਬਿਲਕੁਲ, ਹਾਂਜੀ, ਇੱਥੇ ਬੈਠੇ, ਇੱਥੇ ਬਾਹਰ ਨਾਲ ਗੱਪ ਸ਼ੱਪ ਲਾ ਰਹੇ ਸੀਗੇ, ਅਤੇ ਮੈਂ ਕਿਹਾ ਚਲੋ ਸਾਡਾ ਵਲੌਗ ਹੀ ਬਣਾ ਦਿਓ। ਬੇਗਮ ਦੀ ਤਬੀਅਤ ਖਰਾਬ ਆ ਇਹਨਾਂ ਦੀ ਮਾਂ ਦੀ, ਮੈਂ ਆਪਣੇ ਅੱਜ ਦੋ ਦਿਨ ਮੇਰੇ ਤਿੰਨ ਦਿਨ ਹੋ ਗਏ, ਮੇਰੇ ਕੋਲ ਬਣਿਆ ਹੀ ਕੋਈ ਨਾ, ਬਣਿਆ ਕੋਈ ਨਹੀਂ ਹੈਗਾ, ਥੋੜ੍ਹਾ ਜਿਹਾ ਬਣਿਆ ਵਾ, ਉਹ ਮੂਲੀਆਂ ਦੀ ਦਿਹਾੜੀ ਲਾਉਣ ਗਿਆ ਸੀ ਅੱਗੋਂ, ਫਿਰ ਮੈਂ ਸ਼ਾਮ ਪੈ ਗਈ ਘਰ ਆਇਆ, ਥੱਕਿਆ ਇੰਨਾ, ਥੱਕ ਹੀ ਇੰਨਾ ਹੋ ਗਿਆ, ਇੱਕੋ ਦਿਨ ਜੀ ਨਹੀਂ, ਫਿਰ ਬੜੀ ਦੇਰ ਬਾਅਦ ਮੂਲੀਆਂ, ਕਦੀ ਤਾਂ ਤੇ ਕਦੀ ਠਾਹ, ਸਾਰਾ ਦਿਨ ਕੋਡੇ ਹੋ ਗਏ, ਧੋਤੀਆਂ ਉਹ ਖਾ ਲਈਆਂ ਮੂਲੀਆਂ, ਐਡੇ ਧੋਤੀਆਂ, ਨਹੀਂ ਮਿਹਨਤ ਕਰਨ ਦਾ ਹੱਕ ਬਣਦਾ ਬੰਦੇ ਦਾ, ਸੁੱਤਾ ਹੀ ਸਾਰੀ ਰਾਤ, ਮਿਹਨਤ ਕਰੋ, ਮੂਲੀਆਂ ਉਧਰ ਤੋਂ ਨਹੀਂ, ਉਹ ਚਾਚੂ ਬਲਾਲ ਦਾ ਕੰਮ ਸ਼ੁਰੂ ਕਰ ਲੈਣਾ, ਉਹ ਕਹਿੰਦਾ ਸੀ ਬਸ ਪੁੱਤ ਇੱਕ ਹਫ਼ਤੇ, ਸ਼ਾਇਦ ਐਤਵਾਰ ਵਾਲੇ ਦਿਨ ਸ਼ੁਰੂ ਕਰ, ਨਹੀਂ ਮੈਂ ਤਾਂ ਤਾਰਾ ਨੂੰ ਕਿਹਾ ਭਾਈ ਮੈਨੂੰ ਦਿਹਾੜੀ ਦਿਓ, ਮੈਂ ਬੈਠਾ ਰਹੂੰਗਾ ਤੁਹਾਡੇ ਕੋਲੇ ਕੁਰਸੀ ਡਾ ਕੇ, ਰੋਟੀ ਖਵਾਵਾਂਗੇ। ਇਹ ਤੇ ਹੁਣ ਤੇਰਾ ਰਹਿਣ ਦਾ ਕੰਮ ਆ, ਨਾਲੇ ਤੈਨੂੰ 1500 ਰੁਪਏ ਦਿਹਾੜੀ ਬੈਠੇ ਬੈਠੇ ਨੂੰ, ਨਾਲੇ ਤੈਨੂੰ ਚਾਹ ਪਾਈ ਦਿਹਾੜੀ ਦੀ 5 ਦਫ਼ਾ, ਉਹ ਵੀ ਦੁੱਧ ਪੱਤੀ, ਅੱਛਾ ਅੱਲਾਹ ਤਾਲਾ ਉਹਨਾਂ ਨੂੰ ਬਹੁਤਾ ਦੇਵੇ, ਆਮੀਨ। ਭਾਈ ਮਜਬੂਰੀਆਂ, ਪਿੱਛੇ ਦੀਆਂ ਮਜਬੂਰੀਆਂ ਕੀ ਕਰੀਏ ਫਿਰ, ਮਜਬੂਰੀ ਨੇ ਬੰਦਾ ਭੱਜਿਆ ਫਿਰਦਾ, ਰੌਲਾ ਤਾਂ ਇਹ ਮਜਬੂਰੀ, ਮਜਬੂਰੀਆਂ ਖਾ ਜਾਂਦੀਆਂ ਬੰਦੇ ਨੂੰ, ਕਿਹਦਾ ਜੀ ਨਹੀਂ ਕਰਦਾ ਆਪਦੇ, ਮਰੀਆਂ ਨੂੰ ਉਹ ਵਿਚਾਰੀ ਨੂੰ ਬੁਖਾਰ ਚੜਦਾ ਹੈਗਾ, ਅੰਮੀ ਕੱਲ ਅੰਮੀ ਦਾ ਫੋਨ, ਅੰਮੀ ਕਹਿੰਦੇ ਮੇਰੇ ਵੀ ਦਰਦ ਹੋਣ ਦੀ, ਦਰਦ ਰਾਤੀ ਹਸਪੀਟਲ ਜਾਈ ਹੋਈ ਸੀ, ਹਾਂਜੀ ਰਾਤੀ, ਫਿਰ ਮਾਮੂ ਫੀਰ ਨੂੰ ਫਿਰ ਫੋਨ ਕੀਤਾ, ਉਹ ਲੈ ਕੇ ਆਇਆ ਰਾਤ ਦੇ ਕੇ, ਤੇ ਫਿਰ ਘਰ ਛੱਡ ਕੇ ਆਇਆ, ਤੇ ਅਸੀਂ ਆਪਣੇ ਭੈਣ ਭਰਾਵਾਂ ਇੱਕ ਹੋਰ ਵੀ ਗੱਲ ਸ਼ੇਅਰ ਕਰਾਂਗੇ, ਹਾਂਜੀ, ਕਿਉਂਕਿ ਅਸੀਂ ਸ਼ਾਹ ਦਾ ਘਰ ਫਾਰ ਸੇਲ 'ਤੇ ਲਾਇਆ ਹੋਇਆ ਵਾ, ਕੱਲ੍ਹ ਬੈਨਿਸ਼ ਨਾਲ ਮਾਸ਼ਾਅੱਲਾ ਲਿਖਾਤਾ ਹੈਗਾ, ਥੱਲੇ ਨੰਬਰ ਵੀ ਦਿਖਾ ਲਿਖਾਤਾ, ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਸ਼ੇਅਰ ਕਰਦਾ ਹੈਗਾ, ਕਿਉਂਕਿ ਕੋਲ ਮੇਰਾ ਜ਼ੇਨ ਆ ਵੀ ਸ਼ਾਹ ਉਹਨਾਂ ਨੂੰ ਉੱਥੇ ਲੈ ਜਾਵਾਂ, ਇੱਥੇ ਇੱਕ ਉਜ਼ਮਾ ਹੈਗੀ ਸਾਡੀ, ਇੱਥੇ ਉਜ਼ਮਾ ਵਾਸਤੇ ਮੈਨੂੰ ਆਉਣਾ ਪੈਂਦਾ ਹੈਗਾ, ਇੱਕ ਸਾਡੀ ਹੈਗੀ ਸੱਸ, ਅਤੇ ਜਾਂ ਸਾਡੇ 2-3 ਭਰਾ, ਇਹਨਾਂ ਨੂੰ ਮੈਂ ਕਹਿੰਦਾ ਆ ਜਾਓ ਚੁੱਪ ਕਰਕੇ ਉੱਥੇ ਲੱਗ ਗਏ ਸਾਡੇ ਕਿਤੇ, ਜੇ ਮੇਰੇ ਮਾਲਕ ਇਲਾਕਾ ਹੀ ਛੱਡ ਦਿਓ ਇਹ, ਅਤੇ ਸ਼ਾਹ ਦਾ ਘਰ ਫਾਰ ਸੇਲ 'ਤੇ ਲਾਇਆ ਆ, ਅਤੇ ਜੇ ਸਾਡੇ ਕਿਸੇ ਭੈਣ ਭਰਾ ਨੇ ਲੈਣਾ ਹੋਵੇ ਤਾਂ ਸਾਡੇ ਨਾਲ ਨੰਬਰ ਸ਼ਾਹ ਦਾ ਥੱਲੇ ਅਸੀਂ ਦਿੱਤਾ ਹੋਇਆ ਵਾ ਫਾਰ ਸੇਲ ਦੇ ਉੱਤੇ ਜਿੱਥੇ ਲਿਖਾਇਆ ਹੈਗਾ, ਅਤੇ ਸ਼ਾਹ ਦੇ ਨਾਲ ਰਾਬਤਾ ਕਰਕੇ ਅਤੇ ਘਰ ਲੈ ਸਕਦਾ ਹੈਗਾ। ਅੱਛਾ ਜੀ,
ਇਹ ਸਾਹਮਣੇ ਮਕਾਨ ਦੇ ਬਾਹਰ ਬੋਰਡ ਲਿਖਾ ਕੇ ਲਾਤਾ ਆ, ਮਕਾਨ ਬਰਾਏ ਫਰੋਖਤ ਸ਼ਾਹਦਵੀਰ। ਇਹ ਸ਼ਾਹਦਵੀਰ ਦਾ ਥੱਲੇ ਨੰਬਰ ਹੈਗਾ, ਜੇ ਕਿਸੇ ਭੈਣ ਭਰਾ ਨੇ ਰਾਬਤਾ ਕਰਨਾ ਆਵੇ ਤਾਂ ਸ਼ਾਹ ਦੇ ਨਾਲ ਰਾਬਤਾ ਕਰ ਸਕਦਾ ਹੈਗਾ। ਅਤੇ ਸ਼ਾਹ ਦਾ ਘਰ ਫਾਰ ਸੇਲ 'ਤੇ ਅਸੀਂ ਲਾ ਦਿੱਤਾ ਹੋਇਆ ਵਾ। ਅਤੇ ਮਾਸ਼ਾਅੱਲਾ ਸ਼ਾਹ ਦੀ ਸਬਜ਼ੀ ਲਸਣੀ ਮਾਸ਼ਾਅੱਲਾ ਕਾਫੀ ਸਾਰਾ ਹੋ ਗਿਆ। ਹਾਂ ਲੇਟ ਹੁੰਦੇ ਤਾਂ ਫਿਰ ਜਦੋਂ ਪਾਣੀ ਨਹੀਂ ਲੱਗਣਾ ਫਿਰ ਇਹ ਕੁਛ ਹੋਣਾ ਸੀ। ਅਤੇ ਮੂਲੀਆਂ ਵੀ ਕਾ ਮਾਸ਼ਾਅੱਲਾ ਮੋਟੀਆਂ ਮੋਟੀਆਂ ਹੋ ਚੱਲੀਆਂ ਹੈਗੀਆਂ। ਅਤੇ ਇਹ ਲਾਇਆ ਹੋਇਆ ਧਨੀਆ, ਅੱਗੇ ਪਾਲਕ, ਅੱਗੇ ਮੇਥੀ, ਉਹ ਪਰਲੀ ਸਾਈਡ 'ਤੇ ਮੇਥਰੇ। ਅਤੇ ਮੂਲੀਆਂ ਮਾਸ਼ਾਅੱਲਾ ਹੋਰ ਪੰਜ ਚਾਰ ਦੇਣੀਆਂ, ਮੂਲੀਆਂ ਤਾਂ ਪੰਜ ਚਾਰ ਦੇਣੀ ਮੋਟੀਆਂ ਮੋਟੀਆਂ ਹੋ ਜਾਣੀਆਂ ਕਿ ਨਹੀਂ ਸ਼ਾਦ? ਨਾਲ ਮੋਟਰਸਾਈਕਲ ਭਾਈ ਦੀ ਆ ਖਲੋਤੀ ਹੈਗੀ। ਤੇ ਬਾਜ਼ਾਰ ਹੈਗਾ ਇਹਦਾ ਤਕਰੀਬਨ 50 ਫੁੱਟ ਦੇ ਬਾਜ਼ਾਰ ਹੋਣਾ ਹੀ ਹੋਣਾ, 44 ਫੁੱਟ ਆ, 44 ਫੁੱਟ ਦਾ ਬਾਜ਼ਾਰ ਹੈ ਮੇਰੇ ਭੈਣ ਭਰਾ। ਹਾਂਜੀ ਰੋਟੀ ਦਿਖਾਵਾਂ ਕਾਕੀ, ਮੂੰਹ ਹੱਥ ਧੋਤਾ ਹੀ ਅਸੀਂ, ਅਸੀਂ ਕਿਹੜਾ ਮੂੰਹ ਧੋ ਗਏ ਅਸੀਂ। ਕੀ ਪਕਾਇਆ? ਕੀ ਚੌਲ ਤੈਨੂੰ ਕਿਹਾ ਸੀ ਕੱਲ ਦੇ ਚੌਲ ਦਿਲ ਕਰਦਾ ਉਹਦੇ ਹੱਥ ਦਿਖਾਉਣ ਦਾ। ਬਸ ਛੇਬੀ ਛੇਬ ਯਾਰ ਏਦਾਂ ਤੇ ਨੀ ਨਾ ਫਿਰ ਗੰਨਾ ਪੂਰਾ ਲੈਣਾ ਗੁੱਲੂ ਪਠਾਨ ਪੂਰਾ ਗੰਨਾ ਲੈਣਾ ਕਹਿੰਦਾ ਕਿਉਂ ਗੁੱਲੂ ਚੱਲ ਪਕਾ ਲਾ ਫਿਰ ਰੋਟੀ ਪਕਾ ਲਾ ਦਾ। ਦੋ ਚਾਰ ਬੁਰਗੀਆਂ ਲਾਉਣੀਆਂ ਲਾ ਲਈਏ ਫਿਰ ਚਾਵਲ ਨਾ ਨਹੀਂ ਸ਼ਾਮੀ ਰਹਿਣ ਦੇ ਨਹੀਂ ਰਹਿਣ ਦੇ ਸ਼ਾਮੀ ਚਾਵਲ ਨਾ ਬਣਾਈ ਨਹੀਂ ਉਹ ਫਿਰ ਬਲਾਲ ਨੇ ਦਾਵਤ ਕੀਤੀ ਹੋਵੇ ਕਹਿੰਦਾ ਭਾਈ ਰੋਟੀ ਕਹਿੰਦਾ ਮੈਂ ਭਾਜੀ ਰੋਟੀ ਆ ਸਾਡੇ ਵਾਲਾ ਅਤੇ ਰੋਟੀ ਖਾ ਕੇ ਤਾਂ ਫਿਰ ਤੂੰ ਜਾਣਾ ਨਹੀਂ ਤਾਂ ਮੈਂ ਤਾਂ ਤਿਆਰੀ ਕੀਤੀ ਪਿਆ ਸੀ ਕਹਿੰਦਾ ਭਾਈ ਰੋਟੀ ਖਾ ਕੇ ਫਿਰ ਜਾਈ ਭੱਜ ਨਹੀਂ ਸਾਈ ਕਦੀ ਆਉਣ ਭੱਜ ਕਦੀ ਆਉਣ ਭੱਜ ਟਾਈਮ ਹੀ ਗੁਜ਼ਰ ਗਿਆ ਐਵੇਂ ਹੁਣ ਵੀ ਸਵੇਰ ਦਾ ਨਿਕਲਿਆ ਸੀਗਾ ਪਰ ਅਜੇ ਤੇਰੀ ਮਾਂ ਵੀ ਸਗੋ ਸਵੇਰੇ ਐਡੀ ਪਰੇਸ਼ਾਨ ਸੀਗੀ ਰਾਤੀ ਫੀਜ ਨੇ ਫੀਜ ਲੈ ਕੇ ਆਇਆ ਤੇ ਫੀਜ ਨੇ ਦਵਾਈ ਲੈ ਕੇ ਦਿੱਤੀ ਸੀ ਗੱਲ ਅੰਮੀ ਦਾ ਤਾਂ ਹੁਣ ਨਹੀਂ ਮਿਲਿਆ ਹੈਗਾ ਤੇ ਮਾਂ ਫੀਜ ਨਾ ਕੀਤੀ ਸੀ ਗੱਲ ਤੇ ਕਹਿੰਦਾ ਸੀ ਪੁੱਤ ਮੈਂ ਹੁਣੇ ਛੱਡ ਕੇ ਆਇਆ ਤਾਂ ਨਹੀਂ ਕਰਦੇ ਨਹੀਂ ਛੱਡ ਗਿਆ ਇੱਥੇ ਘਰ ਛੱਡ ਜਾ ਆਪਦਾ ਕੋਲੇ ਆ ਇੱਥੇ ਸੀਗੀ ਹਾਂ ਤੇਰੀ ਅੰਮੀ ਇੱਥੇ ਹੀ ਆਪਦਾ ਕੋਲੇ ਰਾਤ ਦੀ ਅੱਛਾ ਜੀ ਅੱਬੂ ਨੇ ਰੋਟੀ ਖਾਂਦੇ ਆ ਹੁਣ ਦੁਪਹਿਰ ਦੀ ਤੇ ਰੋਟੀ ਖਾਣ ਦੇ ਕਿਉਂਕਿ ਮੈਂ ਰੋਟੀ ਬਣਾ ਖੜੀ ਤੇ ਕਹਿੰਦੇ ਸੀ ਬਾਹਰ ਹੀ ਲਿਆ ਦੇ ਤੇ ਧੁੱਪੇ ਬੈਠੇ ਆ ਸੀ ਆ ਮੂਲੀ ਲੈ ਕੇ ਆਈਏ ਹੋਰ ਇਹ ਵੀ ਕੱਟਣ ਲੱਗੇ ਹਾਂਜੀ ਕੱਟਣ ਲੱਗੀ ਇਹ ਵੀ ਅੱਛਾ ਜੀ ਬੁਲਾਲ ਦੇ ਘਰ ਪਹੁੰਚ ਚੁੱਕੇ ਸੀ ਤੇ ਮਾਸ਼ਾਅੱਲਾ ਖਾਣਾ ਆ ਗਿਆ
ਜਿੱਥੇ ਜਿੱਥੇ ਬੈਠੇ ਸੀ ਫਿਰ ਉੱਥੇ ਬੈਠ ਕੇ, ਕਿਉਂਕਿ ਨਿੱਕੇ ਨਿੱਕੇ ਉਹਦੇ ਬੱਚੇ ਵੀ ਆ, ਉਹ ਵੀ ਰੋ ਰਹੇ ਹੈਗੇ, ਅਤੇ ਫਿਰ ਜਿੱਥੇ ਜਿੱਥੇ ਬੈਠੇ ਸੀ ਉੱਥੇ ਰੋਟੀ ਖਾਣ ਲੱਗੇ, ਇਹਦੇ ਭਾਈ ਅੱਗੇ ਵੀ ਆ ਗਿਆ, ਅਤੇ ਇੱਧਰ ਚਾਚੂ ਨਹੀਂ ਰੋਟੀ ਖਾਣ ਦੇ, ਚਾਚੂ ਨਹੀਂ ਆ ਗਏ, ਮਹਿਮਾਨ ਵੀ ਰੋਟੀ ਖਾਣ ਲੱਗੇ, ਅਤੇ ਮੈਂ ਵੀ ਮਾਸ਼ਾਅੱਲਾ ਰੋਟੀ ਖਾਣ ਲੱਗਿਆ, ਅਤੇ ਜੇ ਸਾਡੇ ਭੈਣ ਭਰਾ ਨੇ ਖਾਣਾ ਅਤੇ ਆ ਜਾਓ, ਬਿਸਮਿਲਲਾ ਬਿਸਮਿਲਲਾ ਰਹਿਮਾਨ ਰਹੀਮ, ਚੈੱਕ ਕਰਕੇ ਦੇਖਦੇ ਹਾਂ ਕੈਸਾ ਪੱਕਾ, ਬਿਸਮਿਲਲਾ ਰਹਿਮਾਨ ਰਹੀਮ, ਜ਼ਬਰਦਸਤ ਮੇਰੇ ਭੈਣ ਭਰਾ, ਜੇ ਸਾਡੇ ਭੈਣ ਭਰਾ ਨੇ ਖਾਣੀ ਅਤੇ ਆ ਜਾਓ ਬਿਸਮਿਲਲਾ।